ਕਿ ਤੁਸੀਂ ਉਹਨਾਂ ਮੁਸਲਮਾਨਾਂ ਦੇ ਖੂਨ ਦਾ ਸੌਦਾ ਕੀਤਾ ਜਿਨ੍ਹਾਂ ਕੋ ਹਿੰਦੁਸਤਾਨ ਵਿੱਚੋਂ ਹਰ ਦਿਨ ਮਾਰਿਆ ਗਿਆ ਔਰ ਮਾਰਿਆ ਜੁਲ ਰਿਹਾ। ਕੋਈ ਦਿਨ ਖਾਲੀ ਨਹੀਂ ਆਉਂਦਾ ਜਿਸ ਦਿਨ RSS ਦੇ ਗੁੰਡੇ UP ਦੇ ਅੰਦਰ ਹਿੰਦੁਸਤਾਨ ਦੀ ਬਾਕੀ ਰਿਆਸਤਾਂ ਦੇ ਅੰਦਰ ਇੱਕ ਇੱਕ ਜਾਂ ਦੋ ਦੋ ਮੁਸਲਮਾਨਾਂ ਕੋ ਮਾਰਦੇ ਨਹੀਂ। ਕਿਆ ਉਹਨਾਂ ਕਾਤਲਾਂ ਵਾਸਤੇ ਅਸੀਂ ਵੋਟ ਦੇ ਸਾਂ ਔਰ ਫਿਰ ਮਸੀਤੀ ਕਾਸ਼ ਕੇ ਨਮਾਜ਼ ਵੀ ਪੜ੍ਹ ਸਾਂ? ਕਿਆ ਉਹਨਾਂ ਵਾਸਤੇ ਦੇ ਸਾਂ? ਸਜਾਦ ਲੋਨ ਸਾਹਿਬ ਹਿੰਦਵਾੜੇ ਵਿੱਚੋਂ ਆਪਣੀ ਸੀਟ ਕੱਢ ਗਿਆ ਹੈ। ਅਸੀਂ ਆਖਸਾ ਉਸ ਬੜੀ ਕਮਾਲ ਕੀਤੀ, ਉਹ ਗਏ ਕਸ਼ਮੀਰੀ ਸਮਝ ਗਏ ਕਿ ਲੋਕ ਅਸਾਂ ਨਾਲ ਕਿਸ ਧੋਖੇ ਤੇ ਨੇ, ਇਹ ਲੋਕ ਅਸਾਂ ਸੀ ਕਿ ਕਰਾਲਣਾ ਚਾਹੁੰਦੇ ਨੇ, ਇਹ ਲੋਕ ਅਸਾਂ ਵੋਟ ਕਿਸ ਮਕਸਦ ਵਾਸਤੇ ਕਰਨਾ ਚਾਹੁੰਦੇ ਨੇ, ਤਾਂ ਕਿ ਮੋਦੀ ਕੋ ਹਿੰਦੁਸਤਾਨ ਦੇ ਅੰਦਰ ਮਜ਼ਬੂਤ ਕੀਤਾ ਜੁਲਾ ਔਰ ਮੋਦੀ ਦੇ ਜ਼ਰੀਏ ਇਹਨਾਂ ਕੋ ਇੱਥੇ ਇਕਤਦਾਰ ਮਿਲ ਗਿਆ ਹੈ। ਇਹ ਖੂਨ ਦੇ ਸੌਦਾਗਰ ਹਨ, ਹਿੰਦੁਸਤਾਨ ਦੇ 20 ਕਰੋੜ ਮੁਸਲਮਾਨਾਂ ਦੇ ਖੂਨ ਦੇ ਸੌਦਾਗਰ ਜਿਹੜੇ ਤੁਸਾਂ ਕੋਲ ਹੁਣ ਮੁਖਤਲਫ ਲਬਾਦੇ ਵਿੱਚ ਆਏ ਸਨ। ਤੁਸਾਂ ਕੋ ਆਖ ਸਨ ਹੈ ਜੀ ਤੁਸੀਂ ਕਰਨਾ ਹੀ ਹੋ, ਤੁਸੀਂ ਪਹਾੜੀ ਹੋ, ਤੁਸਾਂ ਪਹਾੜੀ